ਜਿਵੇਂ ਕਿ ਅਸੀਂ ਦੇਖਿਆ ਕਿ ਛੋਟੇ ਛੋਟੇ ਜਿਹੜੇ ਬੱਚੇ ਨੇ ਕੋਈ 3 ਮਹੀਨੇ ਦਾ 6 ਮਹੀਨੇ ਦਾ ਉਹ ਵੀ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਦੇ ਵੀ ਤੁਸੀਂ ਜਲ ਦੇ ਛਿੱਟੇ ਮਾਰਦੇ ਹੋ ਜਾਂ ਸਿਰ ਦੇ ਵਿੱਚ ਤੁਸੀਂ ਪਾਣੀ ਪਾਉਂਦੇ ਹੋ, ਉਹ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈਗਾ? ਨਹੀਂ ਜੀ, ਕੋਈ ਨੁਕਸਾਨ ਨਹੀਂ ਹੈਗਾ ਜੀ। ਪਾਣੀ ਤਾਂ ਆਮ ਵੀ ਬੱਚੇ ਘਰ ਦੇ ਵਿੱਚ ਨਹਾਉਂਦੇ ਧੋਂਦੇ ਹੈਗੇ ਨੇ, ਕੋਈ ਐਸੀ ਗੱਲ ਨਹੀਂ। ਜਿੱਦਾਂ ਉਹ ਅਸੀਂ ਕਰ ਦਿੱਤਾ ਕੋਈ ਗੱਲ ਨਹੀਂ। ਛੋਟੇ ਬੱਚੇ ਤਾਂ ਇੱਥੇ ਸਾਡਾ ਸਪੈਸ਼ਲ ਮਤਲਬ ਕਿ ਲੋਕ CMC DMC ਅਪੋਲੋ ਹੋਰ ਵੱਡੇ ਹਸਪਤਾਲਾਂ ਤੋਂ ਆਪਣੇ ਮਰੀਜ਼ਾਂ ਨੂੰ ਉੱਥੋਂ ਕੱਢ ਕੇ ਸਾਡੇ ਕੋਲ ਫੰਡਾ ਕਰਾ ਕੇ ਜਾਂਦੇ ਨੇ। ਸਾਨੂੰ ਲੋਕ ਹਜ਼ਾਰਾਂ ਰੁਪਈਏ ਦੇਣ ਨੂੰ ਤਿਆਰ ਹੁੰਦੇ ਨੇ ਜਿਨ੍ਹਾਂ ਦੇ ਪੇਸ਼ੈਂਟ ਠੀਕ ਹੁੰਦੇ ਨੇ, ਲੇਕਿਨ ਕਦੀ ਵੀ ਅਸੀਂ ਇੱਕ ਨਿੱਕੇ ਪੈਸੇ ਦਾ ਵੀ ਮਤਲਬ ਅਸੀਂ ਆਵਾਜ਼ਾਰ ਨਹੀਂ ਹੋਏ ਕਿਸੇ ਤੋਂ। ਪੀਲੀਏ ਦੀ ਬਿਮਾਰੀ ਦੀ ਆਪਾਂ ਗੱਲ ਕੀਤੀ ਆ, ਬੜੀਆਂ ਲੰਬੀਆਂ ਤੁਹਾਡੇ ਕੋਲ ਲਾਈਨਾਂ ਲੱਗੀਆਂ ਹੁੰਦੀਆਂ ਨੇ, ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਲਾਜ ਆ ਜਿਹੜਾ ਸੰਭਵ ਕਿਵੇਂ ਹੁੰਦਾ ਕਿ ਪਾਣੀ ਦੇ ਛਿੱਟਿਆਂ ਨਾਲ ਪੀਲੇ ਵਰਗੀ ਮਤਲਬ ਬਿਮਾਰੀ ਵੀ ਦੂਰ ਹੋ ਜਾਂਦੀ ਹੈ? ਦੇਖੋ ਜੀ, ਇਹ ਸਾਨੂੰ ਪਾਕਿਸਤਾਨ ਦੀ ਧਰਤੀ ਸਿਆਲਕੋਟ ਤੋਂ ਬਾਬੇ ਭੂਜ ਜੀ, ਉਸ ਟਾਈਮ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਮਤਲਬ ਕਿ ਸਾਨੂੰ ਸਾਡੇ ਪਰਿਵਾਰ ਨੂੰ ਚੌਧਰੀ ਪਰਿਵਾਰ ਨੂੰ ਇਹ ਵਰ ਦਿੱਤਾ ਸੀ ਕਿ ਜਿਹੜਾ ਬੰਦਾ ਤੁਹਾਡੇ ਦਰ 'ਤੇ ਆਏਗਾ ਐਤਵਾਰ ਮੰਗਲਵਾਰ ਤੁਸੀਂ ਉਹਦਾ ਪੀਲੀਏ ਦਾ ਫਾਂਡਾ ਕਰੋਗੇ, 3 ਵਾਰੀ ਹੱਥ ਵਾਓਗੇ, 3 ਵਾਰੀ ਕੁਰਲੀ ਕਰਾਓਗੇ, 3 ਵਾਰੀ ਛੱਟੇ ਮਾਰੋਗੇ ਅਤੇ ਆਪਣੇ ਘਰ ਦੀ ਬਣੀ ਰੋਟੀ ਪ੍ਰਸ਼ਾਦ ਦੇ ਰੂਪ ਵਿੱਚ ਉਹਨੂੰ ਦਿਓਗੇ, ਉਹ 'ਤੇ ਅਕਾਲ ਪੁਰਖ ਮਿਹਰ ਕਰੇਗਾ। ਅਤੇ ਇਹ 200 ਸਾਲ ਤੋਂ ਇਹ ਪਰੰਪਰਾ ਚੱਲ ਰਹੀ ਹੈ। ਜੋ ਤੁਸੀਂ ਫੰਡੇ ਦੀ ਗੱਲ ਕਰ ਰਹੇ ਹੋ ਵੀ ਫੰਡਾ ਕੀਤਾ ਜਾਂਦਾ ਜਾਂ ਤੁਹਾਡੇ ਵੱਲੋਂ ਜਲ ਦੇ ਛਿੱਟੇ ਮਾਰੇ ਜਾਂਦੇ ਆ ਪੀਲੀਏ ਤੋਂ, ਇਸ ਦੀ ਕੋਈ ਸੇਵਾ ਵੀ ਲੈਂਦੇ ਹੋ ਜਾਂ ਬਿਲਕੁਲ ਫਰੀ ਸੇਵਾ ਹੈਗੀ ਹੈ? ਫਰੀ ਜੀ, ਫਰੀ ਨਿਰੋਲ ਨਿਸ਼ਕਾਮ ਸੇਵਾ ਜੀ। ਲੋਕ ਪੈਸੇ ਹੱਥਾਂ 'ਚ ਲਈ ਫਿਰਦੇ ਹੁੰਦੇ ਨੇ, ਅਸੀਂ ਕਹਿੰਦੇ ਨਹੀਂ ਭਾਈ ਪੈਸੇ ਨਹੀਂ ਇੱਥੇ ਚੱਲਣੇ, ਬਾਕੀ ਗੱਲਾਂ ਬਾਅਦ ਦੀਆਂ ਨੇ, ਪੈਸੇ ਆਪਣੀ ਜੇਬ 'ਚ ਪਾਓ, ਪੈਸੇ ਦਾ ਸਾਡਾ ਕੋਈ ਤਲਕ ਨਹੀਂ ਹੈਗਾ, ਅਸੀਂ ਤਾਂ ਸਾਡਾ ਸੇਵਾ ਮਿਸ਼ਨ ਹੈ ਬਸ, ਜੋ ਸਾਨੂੰ ਬਖਸ਼ਿਆ ਹੋਇਆ। ਹਾਂ, ਅਸੀਂ ਬਖਸ਼ਿਸ਼ ਦੇ ਮੁਤਾਬਕ ਚੱਲ ਰਹੇ ਹਾਂ, ਨਾ ਕਿ ਅਸੀਂ ਕੋਈ ਆਪਣੇ ਘਰ ਦੀ ਮਤਲਬ ਕਿ ਇੱਕ ਦੁਕਾਨ ਖੋਲ੍ਹ ਲਈ ਹੈਗੀ ਹੈ, ਜੋ ਚੱਲਦਾ ਪਿਆ ਉਹ ਸੰਸਥਾ ਚਲਾ ਰਹੀ ਹੈ ਜੀ ਬਸ। ਸੋ ਜਿੱਦਾਂ ਕਿ ਪੀਲੇ ਦੀ ਬਿਮਾਰੀ ਦੀ ਆਪਾਂ ਗੱਲ ਕੀਤੀ ਆ, ਬੜੀਆਂ ਲੰਬੀਆਂ ਤੁਹਾਡੇ ਕੋਲ ਲਾਈਨਾਂ ਲੱਗੀਆਂ ਹੁੰਦੀਆਂ ਨੇ, ਭੀੜ ਬਹੁਤ ਜ਼ਿਆਦਾ ਹੁੰਦੀ ਹੈ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਲਾਜ ਆ ਜਿਹੜਾ ਸੰਭਵ ਕਿਵੇਂ ਹੁੰਦਾ ਕਿ ਪਾਣੀ ਦੇ ਛਿੱਟਿਆਂ ਨਾਲ ਪੀਲੇ ਵਰਗੀ ਮਤਲਬ ਬਿਮਾਰੀ ਵੀ ਦੂਰ ਹੋ ਜਾਂਦੀ ਹੈ? ਦੇਖੋ ਜੀ, ਇਹ ਸਾਨੂੰ ਪਾਕਿਸਤਾਨ ਦੀ ਧਰਤੀ ਸਿਆਲਕੋਟ ਤੋਂ ਬਾਬੇ ਭੂਜ ਜੀ, ਉਸ ਟਾਈਮ ਬੜੇ ਕਰਨੀ ਵਾਲੇ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਮਤਲਬ ਕਿ ਸਾਨੂੰ ਸਾਡੇ ਪਰਿਵਾਰ ਨੂੰ ਚੌਧਰੀ ਪਰਿਵਾਰ ਨੂੰ ਇਹ ਵਰ ਦਿੱਤਾ ਸੀ ਕਿ ਜਿਹੜਾ ਬੰਦਾ ਤੁਹਾਡੇ ਦਰ 'ਤੇ ਆਏਗਾ ਐਤਵਾਰ ਮੰਗਲਵਾਰ ਤੁਸੀਂ ਉਹਦਾ ਪੀਲੀਏ ਦਾ ਫਾਂਡਾ ਕਰੋਗੇ, 3 ਵਾਰੀ ਹੱਥ ਵਾਓਗੇ, 3 ਵਾਰੀ ਕੁਰਲੀ ਕਰਾਓਗੇ, 3 ਵਾਰੀ ਛੱਟੇ ਮਾਰੋਗੇ ਅਤੇ ਆਪਣੇ ਘਰ ਦੀ ਬਣੀ ਰੋਟੀ ਪ੍ਰਸ਼ਾਦ ਦੇ ਰੂਪ ਵਿੱਚ ਉਹਨੂੰ ਦਿਓਗੇ, ਉਹ 'ਤੇ ਅਕਾਲ ਪੁਰਖ ਮਿਹਰ ਕਰੇਗਾ। ਅਤੇ ਇਹ 200 ਸਾਲ ਤੋਂ ਇਹ ਪਰੰਪਰਾ ਚੱਲ ਰਹੀ ਹੈ, ਇਸੇ ਤਰ੍ਹਾਂ ਚੱਲ ਰਹੀ ਹੈ, ਇਸੇ ਤਰ੍ਹਾਂ ਚੱਲਦੀ ਰਹਿਣੀ ਹੈ ਅਤੇ ਅਕਾਲ ਪੁਰਖ ਦੀ ਬਹੁਤ ਕਿਰਪਾ। ਅਤੇ ਲੋਕ ਇੱਥੇ ਨੇ ਕਿ CMC DMC ਅਪੋਲੋ ਹੋਰ ਵੱਡੇ ਹਸਪਤਾਲਾਂ ਤੋਂ ਆਪਣੇ ਮਰੀਜ਼ਾਂ ਨੂੰ ਉੱਥੋਂ ਕੱਢ ਕੇ ਸਾਡੇ ਕੋਲ ਫਾਂਡਾ ਕਰਾ ਕੇ ਜਾਂਦੇ ਨੇ ਅਤੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਅਤੇ ਠੀਕ ਠਾਕ ਬਿਲਕੁਲ ਹੋ ਜਾਂਦੇ ਨੇ। ਲੈਣਾ ਦੇਣਾ ਕੁਛ ਨਹੀਂ, ਜਿਸ ਦਿਨ ਲੈ ਲਿਆ ਪੈਸਾ ਲੈ ਲਿਆ ਉਸ ਤੋਂ ਬਾਅਦ ਇਹ ਫਾਂਡੇ ਦਾ ਜਿਹੜਾ ਹੈਗਾ ਮਤਲਬ ਕਿ ਜਿਹੜੀ ਇਹਦੀ ਸ਼ਕਤੀ ਹੈ ਉਹ ਖਤਮ ਹੋ ਜਾਏਗੀ। ਇਸ ਕਰਕੇ ਇਹ ਪਹਿਲਾ ਨਿਯਮ ਹੈ ਕਿ ਭਾਵੇਂ ਕੋਈ ਇੱਥੇ ਸਾਨੂੰ ਲੋਕ ਹਜ਼ਾਰਾਂ ਰੁਪਈਏ ਦੇਣ ਨੂੰ ਤਿਆਰ ਹੁੰਦੇ ਨੇ ਜਿਨ੍ਹਾਂ ਦੇ ਪੇਸ਼ੈਂਟ ਠੀਕ ਹੁੰਦੇ ਨੇ, ਲੇਕਿਨ ਕਦੀ ਵੀ ਅਸੀਂ ਇੱਕ ਨਿੱਕੇ ਪੈਸੇ ਦਾ ਵੀ ਮਤਲਬ ਅਸੀਂ ਆਵਾਜ਼ਾਰ ਨਹੀਂ ਹੋਏ ਕਿਸੇ ਤੋਂ ਅਤੇ ਨਾ ਹੀ ਅਸੀਂ ਹੋਵਾਂਗੇ। ਸਾਡੇ 'ਤੇ ਵਾਹਿਗੁਰੂ ਦੀ ਵੈਸੇ ਬੜੀ ਕਿਰਪਾ, ਕੋਈ ਗੱਲ ਨਹੀਂ ਜੀ। ਕਈ ਲੋਕ ਨਾ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਸ ਤਰੀਕੇ ਨਾਲ ਤੁਸੀਂ ਇਲਾਜ ਕਰਦੇ ਹੋ, ਅੰਧ ਵਿਸ਼ਵਾਸ ਦੇ ਨਾਲ ਵੀ ਲੋਕ ਜੋੜਦੇ ਨੇ, ਕਈ ਇਹ ਵੀ ਗੱਲਾਂ ਲੋਕਾਂ ਵੱਲੋਂ ਕੀਤੀਆਂ ਜਾਂਦੀਆਂ ਕਿ ਜਿੱਥੇ ਵੱਡੇ ਵੱਡੇ ਹਸਪਤਾਲ ਹੈ ਜਾਂ ਵੱਡੇ ਵੱਡੇ ਡਾਕਟਰ ਬੈਠੇ ਆ ਉਹਨਾਂ ਕੋਲ ਇਸ ਚੀਜ਼ ਦਾ ਇਲਾਜ ਪ੍ਰੋਪਰ ਤਰੀਕੇ ਨਾਲ ਸੰਭਵ ਨਹੀਂ ਹੈਗਾ, ਤਾਂ ਤੁਸੀਂ ਕਿਵੇਂ ਇਲਾਜ ਕਰ ਸਕਦੇ ਹੋ? ਇੱਕ ਤਾਂ ਜੀ ਡਾਕਟਰ ਲੋਕਾਂ ਨੂੰ ਕਹਿੰਦੇ ਨੇ ਕਿ ਵੀ ਉੱਥੇ ਇੱਕ ਵਾਰੀ ਜਾ ਕੇ ਜ਼ਰੂਰ ਆਓ। ਡਾਕਟਰ ਕਿਉਂ ਕਹਿੰਦੇ ਨੇ ਇਸ ਚੀਜ਼ ਦਾ? ਤੁਸੀਂ ਹੁਣ ਆਪ ਅੰਦਾਜ਼ਾ ਲਾ ਲਓ ਸਾਰਾ। ਦੇਖੋ, ਡਾਕਟਰ ਵੀ ਕੁਦਰਤ ਨੇ ਬਣਾਏ ਨੇ ਅਤੇ ਇਹ ਵੀ ਸ਼ਕਤੀਆਂ ਵੀ ਜਿਹੜੀਆਂ ਮਹਾਂਪੁਰਸ਼ ਵੀ ਤਾਂ ਕੋਈ ਚੀਜ਼ ਹੈਗੇ ਨੇ ਨਾ ਜੀ। ਜੇ ਕਿਸੇ ਮਹਾਂਪੁਰਸ਼ ਨੇ ਅੱਜ ਤੋਂ 200 ਸਾਲ ਪਹਿਲਾਂ ਸਾਡੇ ਪਰਿਵਾਰ ਨੂੰ ਵਰ ਦਿੱਤਾ ਅਤੇ ਕਿਸੇ ਗੱਲ 'ਤੇ ਦਿੱਤਾ, ਅਤੇ ਜੇ ਇਹ ਪਰੰਪਰਾ ਅੱਜ ਤੱਕ ਚੱਲਦੀ ਆਉਂਦੀ ਹੈ ਅਤੇ ਕੋਈ ਹੈਗੀ ਗੱਲ, ਕੋਈ ਇਹ 'ਚ ਕੋਈ
ਤਾਂ ਹੀ ਚਲਦੀ ਪਈ ਹੈ ਜੀ। ਬਾਬਾ ਜੀ ਮੋਟਾ ਮੋਟਾ ਆਪਾਂ ਇਹ ਕਹਿ ਸਕਦੇ ਹਾਂ ਕਿ ਜਿੱਥੇ ਡਾਕਟਰੀ ਇਲਾਜ ਹੱਥ ਖੜ੍ਹੇ ਕਰ ਜਾਂਦਾ ਤਾਂ ਉੱਥੇ ਕਈ ਤਰ੍ਹਾਂ ਦੀਆਂ ਬਖਸ਼ਾਂ ਕੰਮ ਆਉਂਦੀਆਂ ਨੇ, ਕਈ ਤਰ੍ਹਾਂ ਦੀ ਤਪੱਸਿਆ ਸਾਧਨ ਉਹ ਕੰਮ ਆਉਂਦੀ ਹੈ। ਬਿਲਕੁਲ ਆਉਂਦੀਆਂ ਨੇ ਜੀ, ਬਿਲਕੁਲ ਆਉਂਦੀਆਂ ਨੇ ਲੋਕਾਂ ਦੇ, ਮਤਲਬ ਬਹੁਤ ਜਗ੍ਹਾ 'ਤੇ, ਮਤਲਬ ਕਿ ਆਪਾਂ ਦੇਖਦੇ ਹੈਗੇ ਹਾਂ ਜਿੱਥੇ ਬਿਲਕੁਲ ਹੀ ਡਾਕਟਰ ਜਵਾਬ ਦੇ ਜਾਂਦੇ ਨੇ, ਲੇਕਿਨ ਉਹ ਬੰਦੇ ਮਤਲਬ ਕਿ ਉਸ ਜਗ੍ਹਾ 'ਤੇ ਜਾਂਦੇ ਨੇ, ਉਸ ਜਗ੍ਹਾ 'ਤੇ ਮਤਲਬ ਜਾ ਕੇ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ ਅਤੇ ਉਹ ਖੁਸ਼ੀਆਂ ਪ੍ਰਾਪਤ ਕਰਦੇ ਨੇ। ਕਿੰਨੇ ਕਿੰਨੇ ਸਾਲ ਉਹ ਮਤਲਬ ਕਿ ਇਸ ਦੁਨੀਆਂ ਦੇ ਵਿੱਚ ਮਤਲਬ ਕਿ ਆਪਣਾ ਮਤਲਬ ਕਿ ਟਾਈਮ ਕੱਟ ਜਾਂਦੇ ਨੇ। ਅਸੀਂ ਕਹੀਏ ਸਾਡੀ ਦੁਕਾਨਦਾਰੀ, ਸਾਡੇ ਇੱਥੇ ਕੰਮ ਚੱਲਦਾ ਪਿਆ ਵੇ, ਸਾਡੇ ਕੋਲ ਸੰਗਤ ਆਉਂਦੀ ਪਈ, ਅਸੀਂ ਦੂਜੇ ਵੀ ਐਵੇਂ ਕਰ ਦਈਏ ਨਾ, ਜੋ ਸਾਨੂੰ ਮਿਲਿਆ ਆ ਅਸੀਂ ਉਹੀ ਨਿਭਾਉਣਾ ਜੀ, ਅਤੇ ਨਿਭਾਉਂਦੇ ਰਹਾਂਗੇ, ਵਾਹਿਗੁਰੂ ਮਿਹਰ ਕਰੇ। ਬਾਕੀ ਉਹ ਅਕਾਲ ਪੁਰਖ ਸਾਰਾ ਦੇਣ ਦਾ ਦੇਖਣ ਵਾਲਾ ਹੈਗਾ ਸਾਰਾ ਕੁਛ ਜੀ। ਜਿਵੇਂ ਕਿ ਅਸੀਂ ਦੇਖਿਆ ਕਿ ਛੋਟੇ ਛੋਟੇ ਜਿਹੜੇ ਬੱਚੇ ਨੇ, ਉਹ 3 ਮਹੀਨੇ ਦਾ, 6 ਮਹੀਨੇ ਦਾ, ਉਹ ਵੀ ਤੁਹਾਡੇ ਕੋਲ ਆਉਂਦੇ ਨੇ, ਉਹਨਾਂ ਦੇ ਵੀ ਤੁਸੀਂ ਜਲ ਦੇ ਛਿੱਟੇ ਮਾਰਦੇ ਹੋ ਜਾਂ ਸਿਰ ਦੇ ਵਿੱਚ ਤੁਸੀਂ ਪਾਣੀ ਪਾਉਂਦੇ ਹੋ, ਉਹ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਕੋਈ ਨੁਕਸਾਨ ਤਾਂ ਨਹੀਂ ਹੈਗਾ ਕੋਈ ਐਕਸਟਰਾ ਇਸ ਚੀਜ਼ ਦਾ? ਨਹੀਂ ਜੀ, ਕੋਈ ਨੁਕਸਾਨ ਨਹੀਂ ਹੈਗਾ ਜੀ, ਪਾਣੀ ਦਾ ਆਮ ਵੀ ਬੱਚੇ ਘਰ ਦੇ ਵਿੱਚ ਨਹਾਉਂਦੇ ਧੋਂਦੇ ਹੈਗੇ ਨੇ, ਕੋਈ ਐਸੀ ਗੱਲ ਨਹੀਂ, ਜਿੱਦਾਂ ਉਹ ਅਸੀਂ ਕਰ ਦਿੱਤਾ ਕੋਈ ਗੱਲ ਨਹੀਂ। ਛੋਟੇ ਬੱਚੇ ਤਾਂ ਇੱਥੇ ਸਾਡਾ ਸਪੈਸ਼ਲ ਮਤਲਬ ਕਿ ਲੋਕ CMC ਲੋਕ ਲਾਈਟਾਂ ਦੇ ਵਿੱਚ ਰੱਖੇ ਹੁੰਦੇ, ਲਾਈਟਾਂ ਦੇ ਵਿੱਚ, ਲਾਈਟਾਂ 'ਚੋਂ ਕੱਢ ਕੇ ਸਾਡੇ ਕੋਲ ਲੈ ਕੇ ਆਉਂਦੇ ਨੇ, ਮਤਲਬ ਮੁੱਥ ਵਿੱਚ ਸਪੈਸ਼ਲ ਤੌਰ 'ਤੇ ਲਿਆਉਂਦੇ ਨੇ, ਔਰ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਹਸਪਤਾਲਾਂ 'ਚੋਂ ਛੁੱਟੀਆਂ ਨਾਲ ਹੀ ਹੋ ਜਾਂਦੀਆਂ, ਤਿੰਨ ਛਫਾਂਡਾ ਕਰਨ ਤੋਂ ਬਾਅਦ ਹੀ ਕਹਿੰਦੇ ਨੇ ਬਾਬਾ ਜੀ ਨੇ ਕਿ ਮਿਹਰ ਹੋ ਗਈ ਸੱਚੇ ਪਾਤਸ਼ਾਹ ਦੀ, ਅਤੇ ਵੀ ਬੱਚਾ ਠੀਕ ਹੋ ਗਿਆ। ਜੋ ਤੁਸੀਂ ਫੰਡੇ ਦੀ ਗੱਲ ਕਰ ਰਹੇ ਹੋ ਵੀ ਫੰਡਾ ਕੀਤਾ ਜਾਂਦਾ ਜਾਂ ਤੁਹਾਡੇ ਵੱਲੋਂ ਜਲਦੇ ਛਿੱਟੇ ਮਾਰੇ ਜਾਂਦੇ ਆ ਪੀਲੀਏ ਤੋਂ, ਇਸ ਦੀ ਕੋਈ ਸੇਵਾ ਵੀ ਲੈਂਦੇ ਹੋ ਜਾਂ ਬਿਲਕੁਲ ਫਰੀ ਸੇਵਾ ਹੈਗੀ ਹੈ? ਨਹੀਂ ਜੀ, ਫਰੀ ਨਿਰੋਲ ਨਿਸ਼ਕਾਮ ਸੇਵਾ ਜੀ, ਜਿਹੜਾ ਮਰਜ਼ੀ ਇੱਥੇ ਆ ਕੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੇ ਦਿਨ ਮਰਜ਼ੀ ਕੋਈ ਡਿਊਟੀ ਦੇ ਦੇਵੇ, ਅਸੀਂ ਸਾਨੂੰ ਲੋਕ ਬਹੁਤ ਕਰਦੇ ਨੇ। ਕੋਈ ਕਹਿੰਦਾ ਤੁਹਾਡੇ ਇੱਥੇ ਅਸੀਂ ਨੇ ਕਿ ਮਤਲਬ ਬਾਹਰ ਨੇ ਕਿ ਛੱਤ ਪਵਾ ਦਿੰਦੇ ਹਾਂ, ਕੋਈ ਕਹਿੰਦਾ ਜੀ ਮੈਂ ਇੱਥੇ ਨੇ ਕਿ ਤੁਹਾਨੂੰ ਠੰਡੇ ਪਾਣੀ ਦੀ ਮਸ਼ੀਨ ਲਾ ਦਿੰਦੇ ਹਾਂ, ਕੋਈ ਕਹਿੰਦਾ ਜੀ ਕੂਲਰ ਦੀ ਸੇਵਾ ਲੈ ਲਓ, ਕੋਈ ਕੁਛ ਲੈ ਲਓ, ਜੇ ਅਸੀਂ ਕੁਛ ਲੈਣਾ ਹੋਵੇ ਤਾਂ ਅਸੀਂ, ਸਾਨੂੰ ਹੀ ਲੋਕਾਂ ਨੇ ਪੈਸੇ ਦੇਣੇ ਨੇ, ਅਸੀਂ ਲਾਈਏ ਨਾ ਲਾਈਏ, ਅਸੀਂ ਇਸ ਪਾਸੇ ਨਿਗ੍ਹਾ ਹੀ ਨਹੀਂ ਕਰਦੇ ਜੀ। ਲੋਕ ਪੈਸੇ ਹੱਥਾਂ 'ਚ ਲਈ ਫਿਰਦੇ ਹੁੰਦੇ ਨੇ, ਅਸੀਂ ਕਹਿੰਦੇ ਨਹੀਂ ਭਾਈ ਪੈਸੇ ਨਹੀਂ ਇੱਥੇ ਚੱਲਣੇ, ਬਾਕੀ ਗੱਲਾਂ ਬਾਅਦ ਦੀਆਂ ਨੇ, ਪੈਸੇ ਆਪਣੀ ਜੇਬ 'ਚ ਪਾਓ, ਪੈਸੇ ਦਾ ਸਾਡਾ ਕੋਈ ਤਲਕ ਨਹੀਂ ਹੈਗਾ, ਅਸੀਂ ਤਾਂ ਸਾਡਾ ਸੇਵਾ ਮਿਸ਼ਨ ਹੈ ਬਸ, ਜੋ ਸਾਨੂੰ ਬਖਸ਼ਿਆ ਹੋਇਆ ਹਾਂ ਅਸੀਂ ਬਖਸ਼ਿਸ਼ ਦੇ ਮੁਤਾਬਕ ਚੱਲ ਰਹੇ ਹਾਂ, ਨਾ ਕਿ ਅਸੀਂ ਕੋਈ ਆਪਣੇ ਘਰ ਦੀ ਮਤਲਬ ਕਿ ਇੱਕ ਦੁਕਾਨ ਖੋਲ੍ਹ ਲਈ ਹੈਗੀ ਹੈ, ਜੋ ਚੱਲਦਾ ਪਿਆ ਉਹ ਸੰਸਥਾ ਚਲਾ ਰਹੀ ਹੈ ਜੀ ਬਸ।